ਸੋਮਵਾਰ ਦੇ ਪੰਜਾਬ ਚ ਦੀਨਾਨਗਰ ਪੁਲਿਸ ਸਟੇਸ਼ਨ ਉਤੇ ਆਤਵਾਦੀ ਹਮਲੇ ਚ ਪੁਲਿਸ ਸਟੇਸ਼ਨਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਨੇ ਇੱਥੋਂ ਸਾਫ ਹੈ ਕਿ ਅਕਾਲੀ ਭਾਜਪਾ ਸਰਕਾਰ ਦਾ ਪੁਲਿਸ ਪ੍ਰਤੀ ਰਵੱਈਆ ਦਿਸ਼ਾਹੀਨ ਰਿਹਾਏ ਇਹ ਇਸ ਦੇ ਬਾਵਜੂਦ ਕਿ ਰਾਜ ਦਾ ਗ੍ਰਹਿ ਵਿਭਾਗ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਕੋਲੇ ਅਤੇ ਇੱਥੋਂ ਦੇ ਡੀਜੀਪੀ ਸੁਮੇਦ ਸਿੰਘ ਸੈਣੀ ਪੰਜਾਬ ਚ ਪਿਛਲੇ 30-35 ਸਾਲਾਂ ਤੋਂ ਨੇ ਪੁਲਿਸ ਕਾਰਗੁਜ਼ਾਰੀ ਚ ਪੁਲਿਸ ਸਟੇਸ਼ਨ ਸਭ ਤੋਂ ਅਹਿਮ ਮਕੜੀ ਹੁੰਦਾ ਹੈ ਪਰ ਜਿਸ ਵੇਲੇ ਸੋਮਵਾਰ ਨੂੰ ਤਿੰਨ ਆਤਵਾਦੀ ਦਿਨਾਂ ਨਗਰ ਪੁਲਿਸ ਸਟੇਸ਼ਨ ਚ ਵੜੇ ਤਾਂ ਉਥੇ ਸਿਰਫ ਐਸਐਚਓ ਦੇ ਇਲਾਵਾ ਇੱਕ ਮੁਨਸ਼ੀ ਤੇ ਦੋ ਹੋਮਗਾਰਡ ਸਪਾਈ ਸਨ ਆਧੁਨਿਕ ਹਥਿਆਰਾਂ ਨਾਲ ਲੈਸ ਆਤਵਾਦੀਆਂ ਦਾ ਮੁਕਾਬਲਾ ਕਰਨ ਵਾਲਾ ਉਥੇ ਕੋਈ ਨਹੀਂ ਸੀ ਇਥੋਂ ਜ਼ਾਹਿਰ ਹੈ ਕਿ ਹੁਣ ਤੱਕ ਪੁਲਿਸ ਸਟੇਸ਼ਨਾਂ ਦੀ ਕਾਰਗੁਜ਼ਾਰੀ ਬਾਰੇ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਸਰਕਾਰ ਦਾ ਸਾਰਾ ਜ਼ੋਰ ਕਈ ਸਾਲਾਂ ਤੋਂ ਸਪੈਸ਼ਲ ਵੈਪਨਸ ਐਂਡ ਟੈਕਟਿਕਸ ਟੀਮ ਯਾਨੀ ਸਵਾਰਟ ਨੂੰ ਬਣਾਉਣ ਉਤੇ ਲਗਾ ਰਿਹਾ ਇਸ ਤੋਂ ਇਲਾਵਾ ਸਾਰਾ ਧਿਆਨ ਮੇਰੇ ਖਿਆਲਿਆ ਪੀ ਮੰਤਰੀਆਂ ਨੂੰ ਤੇ ਹੋਰ ਵੀਆਈਪੀਜ਼ ਨੂੰ ਸੁਰੱਖਿਆ ਦੇਣ ਉੱਤੇ ਸੀ ਇੱਕ ਅੰਦਾਜ਼ੇ ਮੁਤਾਬਕ 5800 ਤੋਂ ਵੱਧ ਪੁਲਿਸ ਵਾਲੇ ਇਹਨਾਂ ਵੀਆਈਪੀਜ਼ ਦੀ ਸੁਰੱਖਿਆ ਤੇ ਅਸਵੇਲੇ ਤਾਇਨਾਤ ਨੇ ਹੁਣੇ ਚਾਹੀਦਾ ਹੈ ਕਿ ਹਰ ਪੁਲਿਸ ਸਟੇਸ਼ਨ ਦੀ ਐਂਟਰੈਂਸ ਤੇ ਇੱਕ ਬੋਰੀਆਂ ਵਾਲਾ ਬੰਕਰ ਹੋਵੇ ਜਿੱਥੇ ਹਥਿਆਰਬੰਦ ਸੰਤਰੀ ਹਰ ਵੇਲੇ ਤਾਇਨਾਤ ਰਹੇ ਇਸ ਤੋਂ ਇਲਾਵਾ ਹਰ ਪੁਲਿਸ ਸਟੇਸ਼ਨ ਚ 2 ਜਾਂ 3 ਮੈਂਬਰ ਦੀ ਕੁਇਕ ਰਿਐਕਸ਼ਨ ਟੀਮ ਹੋਣੀ ਚਾਹੀਦੀ ਹੈ ਯਾਨੀ ਕਯੂਆਰਟੀ ਹੋਣੀ ਚਾਹੀਦੀ ਹੈ ਜੋ ਸੰਤਰੀ ਦੀ ਪੁਕਾਰਤੇ ਜਾਂ ਹੋਰ ਲੋੜ ਪੈਣ ਤੇ ਇਕਦਮ ਤਿਆਰ ਮਿਲੇ ਹਰ ਪੁਲਿਸ ਸਟੇਸ਼ਨ ਚ ਇੱਕ ਫਰਸਟ ਏਡ ਕਿੱਟ ਨਾਲ ਤਿਆਰ ਗੱਡੀ ਹਮੇਸ਼ਾ ਤਿਆਰ ਰਹਿਣੀ ਚਾਹੀਦੀ ਹੈ ਇਸੇ ਤਰ੍ਹਾਂ ਜ਼ਿਲ੍ਹਾ ਹੈੱਡਕੁਆਟਰਸ ਤੇ ਇੱਕ ਉੱਚ ਪਦਰੀ ਕਯੂਆਰਟੀ ਹੋਣੀ ਚਾਹੀਦੀ ਹੈ ਜਿਸ ਦਾ ਇੰਚਾਰਜ ਕਟੋਕਾਠਿਕ ਐਸਪੀ ਹੋਵੇ ਅਤੇ ਇਸ ਟੀਮ ਵਾਸਤੇ ਇੱਕ ਬੁਲੇਟ ਪ੍ਰੂਫ ਗੱਡੀ ਹਮੇਸ਼ਾ ਉੱਥੇ ਮੌਜੂਦ ਡਿਸਟ੍ਰਿਕਟ ਹੈੱਡਕੁਆਟਰਸ ਤੇ ਰਵੇ ਇਸ ਟੀਮ ਚ ਹਥਿਆਰਬੰਦ ਪੁਲਿਸ ਦੇ ਨਾਲ ਨਾਲ ਕੁਝ ਕਮਾਂਡੋ ਵੀ ਹੋਣੇ ਚਾਹੀਦੇ ਨੇ ਜੋ ਸナイਪਰ ਰਾਈਫਲਸ ਅਤੇ ਅਸॉल्ट ਰਾਈਫਲ ਨਾਲ ਲੈਸ ਹੋਣ ਇਹਦੇ ਇਲਾਵਾ ਹਰ ਜ਼ਿਲ੍ਹੇ ਚ ਇੱਕ ਜਾਂ ਦੋ ਡੌਗ ਸਕੁਐਡ ਵੀ ਹੋਣੀ ਚਾਹੀਦੀ ਨੇ ਜੇ ਇਹੋ ਜਿਹਾ ਇੰਤਜ਼ਾਮ ਹਰ ਪੁਲਿਸ ਸਟੇਸ਼ਨ ਤੇ ਹਰ ਜ਼ਿਲ੍ਹੇ ਚ ਹੁੰਦਾ ਤਾਂ ਸੋਮਵਾਰ ਦਾ ਵਾਕਿਆ ਜਿਸ ਚ ਸਿਰਫ ਤਿੰਨ ਹਤਵਾਦੀ ਸ਼ਾਮਿਲ ਸਨ ਗੁਰਦਾਸਪੁਰ ਜ਼ਿਲ੍ਹੇ ਦੇ ਪਦਰਤੇ ਹੀ ਨਿਜੀਠੇ ਜਾ ਸਕਦਾ ਸੀ ਹਾਂ ਪਰ ਫਿਰ ਸਵਾਰਟਸ ਟੀਮ ਜੋ ਡਿਪਟੀ ਸੀਐਮ ਦੀ ਕਾਰ ਦੇ ਜਾਂ ਫਿਰ ਡੀਜੀਪੀ ਦੇ ਗੁਣ ਕਿੰਨੇ ਗੋਣੇ ਸੀ